13 ਸਿੰਘਾਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਿਹਾ ਕਿ ਸਿੰਘਾਂ ਦੀ ਸ਼ਹੀਦੀ ਅਜਾਈ ਨਹੀਂ ਜਾਏਗੀ। ਸਿੱਖਾਂ ਵਿੱਚ ਰੋਹ ਦੀ ਜਵਾਲਾ ਭੜਕ ਉੱਠੀ। ਜ਼ਖਮੀ ਜਜ਼ਬਾਤਾਂ 'ਤੇ ਮਲਮ ਲਾਉਣ ਲਈ ਅਪਰਾਧੀ ਨਿਰੰਕਾਰੀਆਂ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ, ਪਰ ਗ੍ਰਿਫਤਾਰੀ ਕੋਈ ਨਾ ਹੋਈ। 10 ਜੂਨ 1978 ਈਸਵੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਰੰਕਾਰੀਆਂ ਵਿਰੁੱਧ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ। ਪੰਜਾਬ ਦੇ ਸਾਰੇ ਨਿਰੰਕਾਰੀ ਭਵਨ ਬੰਦ ਕਰ ਦਿੱਤੇ ਗਏ। 1983 ਦਾ ਸਾਲ ਧਰਮ ਯੁੱਧ ਮੋਰਚੇ ਦਾ ਸਾਲ ਸੀ। ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਅੰਮ੍ਰਿਤਸਰ ਵਿਖੇ ਸਿੱਖ ਮੰਗਾਂ ਮਨਵਾਉਣ ਅਤੇ ਸਾਧਨ ਤਲਾਸ਼ਣ ਲਈ ਇੱਕ ਸੰਮੇਲਨ ਬੁਲਾਇਆ। ਹੁੰਗਾਰਾ ਬੜਾ ਉਤਸ਼ਾਹਜਨਕ ਸੀ। ਕੁਝ ਸੰਗਤਾਂ ਨੇ ਨਰਮ ਅਤੇ ਸ਼ਾਂਤੀਪੂਰਨ ਨੀਤੀ ਦੀ ਹਮਾਇਤ ਕੀਤੀ, ਪਰ ਸੰਤ ਜਰਨੈਲ ਸਿੰਘ ਜੀ ਨੇ ਜੋਸ਼ੀਲੀ ਤਕਰੀਰ ਕਰਦਿਆਂ ਕਿਹਾ ਕਿ ਜਦੋਂ ਤੱਕ ਡੰਡੌਤ ਕਰਕੇ ਕੇਂਦਰ ਸਰਕਾਰ ਤੋਂ ਕੁਝ ਮੰਗੋਗੇ, ਉਹ ਕੁਝ ਨਹੀਂ ਦੇਣਗੇ। ਹੱਕਾਂ ਦੀ ਰਾਖੀ ਖਾਤਰ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਭਰੀ ਸੰਗਤ ਨੂੰ ਜੋਸ਼ ਭਰੀ ਵੰਗਾਰ ਹੈ ਇਉਂ ਦੇ ਰਹੇ ਨੇ। ਲਿਖ ਲਾ ਦਿਓ ਹੱਕਾਂ ਦੀ ਰਾਖੀ ਖਾਤਰ।